ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਕਾਲੇ ਝੰਡੇ ਲੈ ਕੇ ਪ੍ਰਦਰਸ਼ਨ ਕਰਨ ਦੀ ਯੋਜਨਾ ਵਿੱਚ ਸ਼ਾਮਲ ਔਰਤ ਦਾ ਪੁਲਿਸ ਦੀ ਗਲਤੀ ਨਾਲ ਗਰਭਪਾਤ ਹੋ ਗਿਆ ਸੀ। ਇਸ ਮਾਮਲੇ ਦੀ ਕਾਂਗਰਸ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਵੱਲੋਂ ਨੰਨੀ ਛਾਂ ਅਤੇ ਕੇਂਦਰ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੇ ਅਭਿਆਨ ਚਲਾਏ ਜਾ ਰਹੇ ਨੇ, ਉੱਥੇ ਹੀ ਪੰਜਾਬ ਦੇ ਵਿੱਚ ਔਰਤਾਂ ਉੱਤੇ ਲਗਾਤਾਰ ਤਸ਼ੱਦਦ ਢਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪੀੜਤ ਔਰਤ 8 ਮਹੀਨਿਆਂ ਦੀ ਗਰਭਵਤੀ ਸੀ, ਪਰ ਉਸਦੇ ਲੱਖ ਮਿੰਨਤਾਂ ਕਰਨ ਦੇ ਬਾਵਜੂਦ ਵੀ ਪੁਲਿਸ ਉਸਨੂੰ ਘਰੋਂ ਆ ਕੇ ਆਪਣੇ ਨਾਲ ਲੈ ਗਈ ਅਤੇ ਉਸਨੂੰ ਕਾਫ਼ੀ ਡਰਾਇਆ ਧਮਕਾਇਆ। ਪੁਲਿਸ ਥਾਣੇ ਦੇ ਵਿੱਚ ਕਰੀਬ 1 ਘੰਟਾ ਖੜ੍ਹੀ ਰਹਿਣ ਤੋਂ ਬਾਅਦ ਜਦੋਂ ਪੁੱਛਗਿੱਛ ਕਰਕੇ ਪੁਲਿਸ ਨੇ ਉਸਨੂੰ ਛੱਡ ਦਿੱਤਾ ਤਾਂ ਘਰ ਆਉਂਦਿਆਂ ਹੀ ਉਸਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸਦਾ ਗਰਭਪਾਤ ਹੋ ਗਿਆ। ਇਸ ਇੰਸੀਡੈਂਟ ਦੀ ਜਿੰਨੀ ਵੀ ਨਿੰਦਿਆ ਕੀਤੀ ਜਾ ਸਕਦੀ ਉਹ ਥੋੜ੍ਹੀ ਮੈਂ ਸਮਝਦਾ। ਕਿਸੇ ਔਰਤ ਦਾ ਮਿਸਕੈਰੇਜ ਹੋ ਜਾਣਾ, ਉਸਦਾ ਬੱਚਾ ਗਿਰ ਜਾਣਾ, ਇਹਦੇ ਨਾਲੋਂ ਵੱਡਾ ਮੈਂ ਸਮਝਦਾ ਕਿ ਜ਼ੁਲਮ ਨਹੀਂ ਹੋ ਸਕਦਾ ਅੱਜ ਦੇ ਪੰਜਾਬ ਦੇ ਵਿੱਚ। ਔਰ ਇਸ 'ਤੇ ਇਸ ਇੰਸੀਡੈਂਟ ਨੇ ਇਹ ਦੱਸਿਆ ਵਾ ਕਿ ਨਾ ਤਾਂ ਨੰਨੀ ਛਾਂ ਦੇ ਵਿੱਚ ਕੋਈ ਜਾਨ ਹੈ। ਜਿਹੜਾ ਹਰਸਿਮਰਤ ਕੌਰ ਜੋ ਕੁਛ ਵੀ ਨੰਨੀ ਛਾਂ ਦਾ ਪ੍ਰਚਾਰ ਕਰ ਰਹੀ, ਦੈਟ ਇਜ਼ ਅ ਟੋਟਲ ਫਰੋਡ। ਔਰ ਦੂਸਰਾ ਜਿਹੜਾ ਹੁਣ ਮੋਦੀ ਸਾਹਿਬ ਨੇ ਪ੍ਰਚਾਰ ਕੀਤਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਉਹ ਵੀ ਵਿਅਰਥ ਹੈ ਇਹਨਾਂ ਦਾ। ਅਗਰ ਸਾਡੀਆਂ ਧੀਆਂ ਭੈਣਾਂ ਨੂੰ ਇਹ ਕੁੱਟਦੇ ਨੇ, ਉਹਨਾਂ ਦੇ ਮਿਸਕੈਰੇਜਸ ਹੁੰਦੇ ਨੇ, ਉਹਨਾਂ ਦੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ, ਵਾਟ ਇਜ਼ ਦਾ ਵੈਲਿਊ? ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਾਫ਼ੀ ਮੰਗਣੀ ਚਾਹੀਦੀ ਇਸ ਇੰਸੀਡੈਂਟ ਦੀ। ਬਾਦਲ ਹੋਣਾ ਨੇ ਤਾਂ ਕੀ ਮੰਗਣੀ, ਇਹ ਤਾਂ ਹੈ ਹੀ ਵਾਟ ਸ਼ੁਡ ਆਈ ਸੇ ਕਿ ਇਹ ਤਾਂ ਟੋਟਲ ਜੰਗਲ ਰਾਜ ਪਰਪੈਚੂਏਟ ਕਰ ਰਹੇ ਨੇ ਪੰਜਾਬ ਦੇ ਵਿੱਚ। ਇਸ ਲਈ ਇਹ ਇੰਸੀਡੈਂਟ ਦੀ ਪੰਜਾਬ ਸਰਕਾਰ ਨੂੰ ਸਾਰੀ ਕੁੱਲ ਔਰਤ ਜਾਤ ਤੋਂ ਮਾਫ਼ੀ ਮੰਗਣੀ ਚਾਹੀਦੀ। ਉਹ ਤਾਂ ਮੈਂ ਅਸੀਂ ਦੇਰ ਦੇ ਕਹਿ ਰਹੇ ਹਾਂ ਕਿ ਪੁਲਿਸ ਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਆ ਕਿ ਅੱਜ ਦੀ ਡੇਟ ਵਿੱਚ, ਮੈਂ ਪਹਿਲਾਂ ਵੀ ਕਿਹਾ ਵਾ ਕਿ ਜੰਗਲ ਰਾਜ ਮਹਿਸੂਸ ਹੁੰਦਾ ਲੋਕਾਂ ਨੂੰ, ਇੱਥੇ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਆ, ਸਭ ਕੁਝ ਛਿੱਕੇ 'ਤੇ ਟੰਗਿਆ ਹੋਇਆ। ਔਰ ਜਿੱਥੇ ਦਿਲ ਕਰਦਾ ਕੱਲ੍ਹ ਇਹਨਾਂ ਨੇ ਲੰਬੀ ਦੇ ਵਿੱਚ ਸਾਰੀਆਂ NHRM ਵਾਲੀਆਂ ਜਿਹੜੀਆਂ ਵਰਕਰਸ ਨੇ ਉਹ ਕੁੱਟੀਆਂ ਹਨ। ਰੋਜ਼ ਦਿਨ ਅਸੀਂ ਦੇਖਦੇ ਹਾਂ, ਦੀਜ਼ ਆਰ ਵੈਰੀ ਅਨਫੋਰਚੁਨੇਟ ਇੰਸੀਡੈਂਟਸ, ਐਂਡ ਜਿੰਨੀ ਵੀ ਕੰਡੈਮਨੇਸ਼ਨ ਇਹਦੀ ਕੀਤੀ ਜਾ ਸਕਦੀ ਸੋਸਾਇਟੀ ਵੱਲੋਂ ਥੋੜ੍ਹੀ ਆ। ਐਂਡ ਆਈ ਡਿਮਾਂਡ ਏ ਪਬਲਿਕ ਅਪੋਲੋਜੀ ਫਰੋਮ ਮਿਸਟਰ ਬਾਦਲ, ਫਰੋਮ ਦਿਸ ਨੰਨੀ ਛਾਂ ਦੀ ਜਿਹੜੀ ਪ੍ਰਚਾਰਕ ਹਰਸਿਮਰਤ ਕੌਰ, ਸੁਖਬੀਰ ਬਾਦਲ ਐਜ਼ ਅ ਹੋਮ ਮਿਨਿਸਟਰ, ਐਂਡ ਦ DGP ਪੰਜਾਬ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।